ਪਲੰਗ ਵਿੱਚ ਜਾਣਾ ਅਤੇ ਨਿਕਲਣਾ ਇਹ ਨਿਸ਼ਚਿਤ ਕਰੋ ਕਿ ਪਲੰਗ ਤੁਹਾਡੇ ਗੋਡੇ ਦੇ ਉੱਪਰਲੇ ਹਿੱਸੇ ਤੋਂ 2 ਇੰਚ ਜਾਂ ਜ਼ਿਆਦਾ ਉੱਚਾ ਹੋਵੇ ਪਲੰਗ ਵਿੱਚ ਜਾਣ ਲਈ ਪਿੱਠ ਕਰਕੇ ਪਲੰਗ ਤੱਕ ਪਹੁੰਚੋ ਆਪਣੀ ਸਰਜਰੀ ਹੋਈ ਲੱਤ ਨੂੰ ਫਸਾਰੋ ਆਪਣੀ ਮਜ਼ਬੂਤ ਲੱਤ ਅਤੇ ਬਾਹਾਂ ਦੀ ਵਰਤੋਂ ਕਰਕੇ ਪਲੰਗ ਉੱਪਰ ਪਿੱਛੇ ਵੱਲ ਨੂੰ ਖਿਸਕੋ ਹੌਲੀ-ਹੌਲੀ ਆਪਣਾ ਸਰੀਰ ਘੁਮਾ ਕੇ ਪਹਿਲਾਂ ਆਪਣੀ ਮਜ਼ਬੂਤ ਲੱਤ ਪਲੰਗ ਵਿੱਚ ਰੱਖੋ ਅਤੇ ਫਿਰ ਆਪਣੀ ਸਰਜਰੀ ਹੋਈ ਲੱਤ ਲਿਆਓ ਪਲੰਗ ਵਿੱਚੋਂ ਨਿਕਲਣ ਲਈ ਆਪਣੇ ਸਰੀਰ ਨੂੰ ਖਿਸਕਾ ਕੇ ਪਲੰਗ ਦੇ ਖੁੰਝੇ ਤੇ ਲੈ ਕੇ ਆਓ ਆਪਣੀ ਸਰਜਰੀ ਹੋਈ ਲੱਤ ਨੂੰ ਹੌਲੀ-ਹੌਲੀ ਪਲੰਗ ਤੋਂ ਥੱਲੇ ਖਿਸਕਾਓ ਅਤੇ ਆਪਣੇ ਸਰੀਰ ਨੂੰ ਉਦੋਂ ਤੱਕ ਘੁਮਾਓ ਜਦੋਂ ਤੱਕ ਤੁਸੀਂ ਬੈਠਣ ਦੇ ਆਸਣ ਵਿੱਚ ਨਹੀਂ ਆ ਜਾਂਦੇ। ਆਪਣੀ ਸਰਜਰੀ ਹੋਈ ਲੱਤ ਨੂੰ ਅੱਗੇ ਨੂੰ ਪਸਾਰੋ ਅਤੇ ਆਪਣੀਆਂ ਬਾਹਾਂ ਅਤੇ ਮਜ਼ਬੂਤ ਲੱਤ ਦੇ ਸਹਾਰੇ ਨਾਲ ਪਲੰਗ ਤੋਂ ਉੱਠੋ।